ਕੈਨੇਡਾ ਸਟੂਡੈਂਟ ਵੀਜ਼ੇ ਦੇ ਰਿਲੇਟਡ ਰੈਗੂਲਰ ਇੱਕ ਫੋਨ ਅੱਜ ਕੱਲ੍ਹ ਆਉਂਦੇ ਆ ਕਿ ਭਾਅ ਜੀ ਫਲਾਣਾ ਏਜੰਟ 4 ਬੈਂਡ 'ਤੇ ਐਪਲੀਕੇਸ਼ਨ ਲਈ ਜਾਂਦਾ, ਕੋਈ 10 ਸਾਲ ਦੇ ਗੈਪ 'ਤੇ ਲਈ ਜਾਂਦਾ। ਦੇਖੋ ਅਲਟੀਮੇਟਲੀ ਵੀਜ਼ਾ ਤੁਹਾਡਾ, ਜੇ ਸੁਪਨੇ ਤੁਹਾਡੇ ਨੇ, ਵੀਜ਼ਾ ਰਿਫਿਊਜ਼ ਹੋਇਆ ਤਾਂ ਵੀ ਤੁਹਾਡਾ ਇੱਕ ਲਾਟਰੀ ਪਾਈ ਜਾਂਦੀ ਤੁਹਾਡੇ 'ਤੇ। ਔਰ 4 ਬੈਂਡ ਵਾਲੇ ਦੀ ਤਾਂ ਲਾਟਰੀ ਵੀ ਨਹੀਂ ਹੈਗੀ, ਉਹ ਤਾਂ ਪੈਸੇ ਖਰਾਬ ਕਰਨ ਦਾ ਬੇਵਕੂਫ ਬਣਾਉਣ ਦਾ ਤਰੀਕਾ। ਕਿਸ ਤਰੀਕੇ ਦੇ ਨਾਲ ਆਪਣੇ ਦਫ਼ਤਰਾਂ 'ਚ ਭੀੜ ਪਾਈ ਜਾਵੇ, ਫਿਰ ਕੱਲ੍ਹ ਨੂੰ ਤੁਹਾਨੂੰ ਸਿੰਗਾਪੁਰ, ਥਾਈਲੈਂਡ, ਮਲੇਸ਼ੀਆ ਵਰਗੀ ਕੰਟਰੀ ਦੱਸ ਕੇ ਉੱਧਰਲੇ ਪਾਸੇ ਤੋਰਤਾ ਜਾਊਗਾ। ਕੈਨੇਡਾ ਸਟੂਡੈਂਟ ਵੀਜ਼ਾ ਲੈਣਾ, ਓਵਰਆਲ 6 ਬੈਂਡ ਤੋਂ ਘੱਟ ਅਪਲਾਈ ਨਾ ਕਰਿਓ। 3-4 ਸਾਲ ਗੈਪ ਹੈਗਾ, ਉਹਦੀ ਜਸਟੀਫਿਕੇਸ਼ਨ ਹੈਗੀ ਹੈ, ਉਹਦੇ ਨਾਲ ਅਪਲਾਈ ਕਰਿਓ। ਪੜ੍ਹਾਈ 'ਚ ਨੰਬਰ ਚੰਗੇ ਨੇ ਤਾਂ ਅਪਲਾਈ ਕਰਿਓ, ਨਹੀਂ ਤਾਂ ਪੈਸੇ ਖਰਾਬ ਕਰਨੇ। ਅੱਜ ਪੰਜਾਬ ਦੇ ਵਿੱਚ ਘੱਟੋ ਘੱਟ 2-3 ਹਜ਼ਾਰ ਏਜੰਟ ਆ ਜਿਹੜਾ ਬੜੇ ਆਰਾਮ ਨਾਲ, ਪਿਆਰ ਨਾਲ ਤੁਹਾਡਾ 20-25-50 ਹਜ਼ਾਰ ਖਰਾਬ ਕਰ ਸਕਦਾ। ਤੁਸੀਂ ਵੀਜ਼ਾ ਲੈਣਾ ਕਿ ਪੈਸੇ ਖਰਾਬ ਕਰਨੇ, ਜੇ ਇਹ ਡਿਸੀਜਨ ਤੁਹਾਡਾ। ਸਾਡੇ ਤੋਂ ਜਾਣਕਾਰੀ ਚਾਹੁੰਦੇ ਹੋ, ਮੁਫਤ ਸਲਾਹ ਚਾਹੁੰਦੇ ਹੋ, ਸਾਡੇ ਨੰਬਰਾਂ 'ਤੇ ਕਾਲ ਕਰੋ ਜਾਂ ਸਾਡੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰਕੇ ਸਾਡੇ ਕਾਉਂਸਲਰਸ ਨੂੰ ਮਿਲੋ। ਸ਼ੁਕਰੀਆ।